ਮਨੂੰ ਸਰ ਇੱਕ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ, ਕਿਉਂਕਿ 15 ਅਗਸਤ ਵੀ ਚੱਲ ਰਿਹਾ ਲਗਾਤਾਰ ਤੁਹਾਡੇ ਨਾਕੇ ਤੇ ਜਿਹੜੀ ਸਰਚ ਆਪਰੇਸ਼ਨ ਚੱਲ ਰਹੇ, ਇਹ ਪੂਰਾ ਮਾਮਲਾ ਕੀ ਆਇਆ ਸੰਗਿਆਨ ਚ, ਇਨਵੈਸਟੀਗੇਸ਼ਨ ਚ ਕਿਵੇਂ? ਪਰਸੋਂ ਰਾਤ ਦੀ ਲੇਟ ਨਾਈਟ ਦੀ ਗੱਲ ਹੈ, 10:30 ਵਜੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਮਾਰਕੀਟ ਦੇ ਵਿੱਚ ਅਸਲਾ ਲੈ ਕੇ ਘੁੰਮ ਰਿਹਾ ਹੈਗਾ, ਜਿਸ ਨੂੰ ਅਸੀਂ ਇਮੀਡੀਏਟਲੀ ਸਾਡੇ ਉੱਥੇ ਨਾਕੇ ਵੀ ਲਾਏ ਹੋਏ ਆ, ਪੈਟਰੋਲਿੰਗ ਵੀ ਹੈਗੀਆਂ, ਇਮੀਡੀਏਟ ਸਾਡੀ ਪੁਲਿਸ ਪਹੁੰਚੀ ਅਤੇ ਉਹਨੂੰ ਕਾਬੂ ਕੀਤਾ, ਨਾਲ PCR ਵੀ ਪਹੁੰਚ ਗਈ ਸੀਗੀ। ਅਸੀਂ ਬਾਅਦ 'ਚ ਵੈਰੀਫਾਈ ਕਰਨ ਤੋਂ ਪਤਾ ਚੱਲਿਆ ਵੀ ਜਸਜੀਤ ਸਿੰਘ ਏਲੀਸ ਬਨੀ ਨਾਂ ਦਾ ਜਿਹੜਾ ਸੈਕਟਰ 9 'ਚ ਹੀ ਰਹਿੰਦਾ ਹੈ, ਉਹ ਅਸਲਾ ਲੈ ਕੇ ਘੁੰਮ ਰਿਹਾ ਸੀਗਾ ਰਾਤ ਨੂੰ। ਜਦੋਂ ਉਹ ਤੋਂ ਪੁੱਛਤਾਛ ਕੀਤੀ, ਨਾ ਕੋਈ ਉਹ ਲਾਇਸੈਂਸ ਆਪਣਾ ਪੇਸ਼ ਕਰ ਸਕਿਆ, ਨਾ ਉਹਦਾ ਕੋਈ ਡਾਕੂਮੈਂਟ ਪੇਸ਼ ਕਰ ਸਕਿਆ, ਅਤੇ ਅਸੀਂ ਉਸ ਨੂੰ ਜਿਹੜੀ ਪੁੱਛਤਾਛ ਕਰਨ ਤੋਂ ਬਾਅਦ ਅਸੀਂ 25-56 ਨਾਟ ਆਰਮਸ ਐਕਟ ਦੇ ਵਿੱਚ FIR ਦਰਜ ਕਰਕੇ ਉਹਨੂੰ ਅਰੈਸਟ ਕਰ ਲਿਆ ਸੀ। ਸਰ ਜੀ ਪਤਾ ਲੱਗਿਆ ਪਿਸਟਲ ਕੀ ਦੀ ਹੈ, ਕਿੱਥੋਂ ਲੈ ਕੇ ਆਇਆ ਸੀਗਾ, ਕੋਈ ਵੰਸ਼ਾ ਕੀ ਸੀ? ਦੇਖੋ ਹਲੇ ਵੈਰੀਫਿਕੇਸ਼ਨ ਕਰ ਰਹੇ ਹਾਂ, ਬਟ ਇਹਦਾ ਆਪ ਦੇ ਨਾਂ 'ਤੇ ਕੋਈ ਆਰਮ ਲਾਇਸੈਂਸ ਨਹੀਂ ਪਾਇਆ ਗਿਆ, ਕੁਛ ਨਹੀਂ ਹੈ, ਇਹਦੇ ਫਾਦਰ ਦੇ ਨਾਂ 'ਤੇ ਵੈਰੀਫਾਈ ਕਰ ਰਹੇ ਹਾਂ, ਕਿਉਂਕਿ ਇਹਨੇ ਸਾਨੂੰ ਇਨਫੋਰਮੇਸ਼ਨ ਦੱਸਿਆ ਸੀ ਪੁੱਛਗਿੱਛ ਦੌਰਾਨ ਵੀ ਮੇਰੇ ਫਾਦਰ ਦੇ ਨਾਂ 'ਤੇ ਹੈ, ਬਟ ਉਹਦੇ ਫਾਦਰ ਜਿਹੜਾ ਹੈ ਕਈ ਸਾਲ ਪਹਿਲਾਂ ਐਕਸਪਾਇਰ ਹੋ ਚੁੱਕਾ ਹੈ। ਇਲੀਗਲ ਕਿਸਮ ਦਾ ਇੱਕ ਕਿਸਮ ਦਾ ਵੈਪਨ ਹੈਗਾ, ਜਿਸ ਨੂੰ ਅਸੀਂ ਫਰਦਰ ਤਫਤੀਸ਼ ਦੇ ਵਿੱਚ ਸਾਰੇ ਇਸਟੈਬਲਿਸ਼ ਕਰਾਂਗੇ। ਸਰ ਇਹਦੇ ਫਾਦਰ ਕੋਈ ਐਕਸ ਮਿਨਿਸਟਰ ਵੀ ਰਹੇ ਨੇ? ਦੇਖੋ ਵੈਰੀਫਾਈ ਕਰ ਰਹੇ ਹਾਂ, ਇਹ ਦੱਸਿਆ ਗਿਆ ਇਹਦੇ ਫਾਦਰ ਦੇ ਵੀ ਐਕਸ ਮਿਨਿਸਟਰ ਸੀਗੇ, ਪੰਜਾਬ 'ਚ ਰਹੇ ਹੈਗੇ, ਸੈਕਟਰ 9 'ਚ ਹੀ ਰਹਿੰਦੇ ਆ, ਬਾਕੀ ਡਿਟੇਲ ਜਿਹੜੀ ਇਨਵੈਸਟੀਗੇਸ਼ਨ ਅਤੇ ਪੁੱਛਤਾਛ ਵੈਰੀਫਿਕੇਸ਼ਨ ਕਰ ਰਹੇ ਹਾਂ। ਅਤੇ ਮਨਸ਼ਾ ਕੁਛ ਸੀਗੀ, ਕੁਛ ਪਤਾ ਲੱਗਿਆ ਉਹ ਹਜੇ ਤੱਕ? ਦੇਖੋ ਹਲੇ ਪਹਿਲਾਂ ਵੀ ਪਤਾ ਲੱਗਿਆ ਇਹਦੇ 'ਤੇ, ਉਹ ਇੱਕ ਦੋ ਹੈਗੇ ਕੇਸ ਹੈਗੇ ਇਹਦੇ 'ਤੇ, ਅਤੇ ਥੋੜ੍ਹਾ ਜਿਹਾ ਇਸ ਤਰ੍ਹਾਂ ਦੀ ਮਤਲਬ ਵਾਰਾ ਅਟੈਕ ਕਹਿ ਲਓ ਤੁਸੀਂ, ਹਾਂ ਥੋੜ੍ਹਾ ਜਿਹਾ ਇੰਡਿਸਿਪਲਿਨ ਟਾਈਪ ਬੰਦਾ ਹੈਗਾ, ਅਤੇ ਵੈਰੀਫਿਕੇਸ਼ਨ ਕਰ ਰਹੇ ਹਾਂ, ਬਾਕੀ ਪੂਰੀ ਜਿਹੜੀ ਹੈ ਤਫਤੀਸ਼ ਜਦੋਂ ਕਰ ਲਾਂਗੇ ਪੂਰੀ, ਉਦੋਂ ਬਾਅਦ ਪਤਾ ਚੱਲੇਗਾ। 15 ਅਗਸਤ ਦਾ ਟਾਈਮ ਹੈ, ਰਾਤ ਨੇ ਨੂੰ ਲੈ ਕੇ ਜਾਂ ਨਾਈਟ ਪੈਟਰੋਲਿੰਗ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਸਰਚ ਆਪਰੇਸ਼ਨ ਕਿਸ ਤਰ੍ਹਾਂ ਕੀਤਾ ਜਾ ਰਿਹਾ, ਔਰ ਇਸ ਤਰ੍ਹਾਂ ਜਿਹੜੇ ਬੈਡ ਆਨਸਰ ਹੈ ਉਹਨਾਂ ਨੂੰ ਕਿਸ ਤਰ੍ਹਾਂ? ਦੇਖੋ ਸਾਡੇ SSP ਸਾਹਿਬ ਵੱਲੋਂ, ਸੀਨੀਅਰ ਅਫਸਰਾਂ ਵੱਲੋਂ ਜਿਹੜੇ ਨਾ ਕਾਸਾ ਆਪਰੇਸ਼ਨ ਚੱਲ ਰਹੇ ਹੈ, ਕਲੋਨੀਆਂ ਦੇ ਵਿੱਚ ਵੀ ਚੱਲ ਰਹੇ ਹੈ, ਨਾਈਟ ਦੇ ਵਿੱਚ ਵੀ ਸਾਡੀਆਂ SHO ਸਹਿਮਾਨ ਵਾਰੀ ਵਾਰੀ ਟਰਨ ਬਾਈ ਟਰਨ ਇੰਸਪੈਕਟਰ DSP ਅਤੇ ਚੌਕੀ ਇੰਚਾਰਜ ਵੀ ਪੈਟਰੋਲਿੰਗ 'ਤੇ ਹੈ, ਨਾਕੇ ਵੀ ਲਾਏ ਹੋਏ ਹੈ 10 ਤੋਂ 5 ਵਜੇ ਤੱਕ, ਮਤਲਬ ਪੁਲਿਸ ਪੂਰੀ ਮੁਸਤੈਦ ਹੈ, PCR ਮੁਸਤੈਦ ਹੈ, ਜਦੋਂ ਵੀ ਕੋਈ ਇੱਦਾਂ ਦੀ ਇਨਫੋਰਮੇਸ਼ਨ ਆਉਂਦੀ ਹੈ ਇਮੀਡੀਏਟ ਉਹਨੂੰ ਕਾਬੂ ਕਰਕੇ ਵੈਰੀਫਿਕੇਸ਼ਨ ਕਰਦੇ ਹਾਂ। ਇਹ ਵੀ ਇੱਕ ਪੁਲਿਸ ਜਿਹੜੀ ਅਲਰਟਨੈਸ ਦਾ ਹੀ ਕਾਰਨ ਹੈ ਕਿ ਉਹਨੂੰ ਇਮੀਡੀਏਟਲੀ ਕਾਬੂ ਕੀਤਾ ਅਤੇ FIR ਦਰਜ ਕਰਕੇ ਉਹਨੂੰ ਅਰੈਸਟ ਕੀਤਾ। ਗੁਰੂ ਸਰ ਇੱਕ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ, ਕਿਉਂਕਿ 15 ਅਗਸਤ ਵੀ ਚੱਲ ਰਿਹਾ ਲਗਾਤਾਰ ਤੁਹਾਡੇ ਨਾਕੇ ਤੇ ਜਿਹੜੀ ਸਰਚ ਆਪਰੇਸ਼ਨ ਚੱਲ ਰਹੇ, ਇਹ ਪੂਰਾ ਮਾਮਲਾ ਕੀ ਆਇਆ ਸੰਗਿਆਨ ਚ, ਇਨਵੈਸਟੀਗੇਸ਼ਨ ਚ ਕਿਵੇਂ? ਪਰਸੋਂ ਰਾਤ ਦੀ ਲੇਟ ਨਾਈਟ ਦੀ ਗੱਲ ਹੈ, 10:30 ਵਜੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਮਾਰਕੀਟ ਦੇ ਵਿੱਚ ਅਸਲਾ ਲੈ ਕੇ ਘੁੰਮ ਰਿਹਾ ਹੈਗਾ, ਜਿਸ ਨੂੰ ਅਸੀਂ ਇਮੀਡੀਏਟਲੀ ਸਾਡੇ ਉੱਥੇ ਨਾਕੇ ਵੀ ਲਾਏ ਹੋਏ ਆ, ਪੈਟਰੋਲਿੰਗ ਵੀ ਹੈਗੀਆਂ, ਇਮੀਡੀਏਟ ਸਾਡੀ ਪੁਲਿਸ ਪਹੁੰਚੀ ਅਤੇ ਉਹਨੂੰ ਕਾਬੂ ਕੀਤਾ, ਨਾਲ PCR ਵੀ ਪਹੁੰਚ ਗਈ ਸੀਗੀ। ਅਸੀਂ ਬਾਅਦ 'ਚ ਵੈਰੀਫਾਈ ਕਰਨ ਤੋਂ ਪਤਾ ਚੱਲਿਆ ਵੀ ਜਸਜੀਤ ਸਿੰਘ ਏਲੀਸ ਬਨੀ ਨਾਂ ਦਾ ਜਿਹੜਾ ਸੈਕਟਰ 9 'ਚ ਹੀ ਰਹਿੰਦਾ ਹੈ, ਉਹ ਅਸਲਾ ਲੈ ਕੇ ਘੁੰਮ ਰਿਹਾ ਸੀਗਾ ਰਾਤ ਨੂੰ। ਜਦੋਂ ਉਹ ਤੋਂ ਪੁੱਛਤਾਛ ਕੀਤੀ, ਨਾ ਕੋਈ ਉਹ ਲਾਇਸੈਂਸ ਆਪਣਾ ਪੇਸ਼ ਕਰ ਸਕਿਆ, ਨਾ ਉਹਦਾ ਕੋਈ ਡਾਕੂਮੈਂਟ ਪੇਸ਼ ਕਰ ਸਕਿਆ, ਅਤੇ ਅਸੀਂ ਉਸ ਨੂੰ ਜਿਹੜੀ ਪੁੱਛਤਾਛ ਕਰਨ ਤੋਂ ਬਾਅਦ ਅਸੀਂ 25-56 ਨਾਟ ਆਰਮਸ ਐਕਟ ਦੇ ਵਿੱਚ FIR ਦਰਜ ਕਰਕੇ ਉਹਨੂੰ ਅਰੈਸਟ ਕਰ ਲਿਆ ਸੀ। ਸਰ ਜੀ ਪਤਾ ਲੱਗਿਆ ਪਿਸਟਲ ਕੀ ਦੀ ਹੈ, ਕਿੱਥੋਂ ਲੈ ਕੇ ਆਇਆ ਸੀਗਾ, ਕੋਈ ਵੰਸ਼ਾ ਕੀ ਸੀ? ਦੇਖੋ ਹਲੇ ਵੈਰੀਫਿਕੇਸ਼ਨ ਕਰ ਰਹੇ ਹਾਂ, ਬਟ ਇਹਦਾ ਆਪ ਦੇ ਨਾਂ 'ਤੇ ਕੋਈ ਆਰਮ ਲਾਇਸੈਂਸ ਨਹੀਂ ਪਾਇਆ ਗਿਆ, ਕੁਛ ਨਹੀਂ ਹੈ, ਇਹਦੇ ਫਾਦਰ ਦੇ ਨਾਂ 'ਤੇ ਵੈਰੀਫਾਈ ਕਰ ਰਹੇ ਹਾਂ, ਕਿਉਂਕਿ ਇਹਨੇ ਸਾਨੂੰ ਇਨਫੋਰਮੇਸ਼ਨ ਦੱਸਿਆ ਸੀ ਪੁੱਛਗਿੱਛ ਦੌਰਾਨ ਵੀ ਮੇਰੇ ਫਾਦਰ ਦੇ ਨਾਂ 'ਤੇ ਹੈ, ਬਟ ਉਹਦੇ ਫਾਦਰ ਜਿਹੜਾ ਹੈ ਕਈ ਸਾਲ ਪਹਿਲਾਂ ਐਕਸਪਾਇਰ ਹੋ ਚੁੱਕਾ ਹੈ। ਇਲੀਗਲ ਕਿਸਮ ਦਾ ਇੱਕ ਕਿਸਮ ਦਾ ਵੈਪਨ ਹੈਗਾ, ਜਿਸ ਨੂੰ ਅਸੀਂ ਫਰਦਰ ਤਫਤੀਸ਼ ਦੇ ਵਿੱਚ ਸਾਰੇ ਇਸਟੈਬਲਿਸ਼ ਕਰਾਂਗੇ। ਸਰ ਇਹਦੇ ਫਾਦਰ ਕੋਈ ਐਕਸ ਮਿਨਿਸਟਰ ਵੀ ਰਹੇ ਨੇ? ਦੇਖੋ ਵੈਰੀਫਾਈ ਕਰ ਰਹੇ ਹਾਂ, ਇਹ ਦੱਸਿਆ ਗਿਆ ਇਹਦੇ ਫਾਦਰ ਦੇ ਵੀ ਐਕਸ ਮਿਨਿਸਟਰ ਸੀਗੇ, ਪੰਜਾਬ 'ਚ ਰਹੇ ਹੈਗੇ, ਸੈਕਟਰ 9 'ਚ ਹੀ ਰਹਿੰਦੇ ਆ, ਬਾਕੀ ਡਿਟੇਲ ਜਿਹੜੀ ਇਨਵੈਸਟੀਗੇਸ਼ਨ ਅਤੇ ਪੁੱਛਤਾਛ ਵੈਰੀਫਿਕੇਸ਼ਨ ਕਰ ਰਹੇ ਹਾਂ। ਅਤੇ ਮਨਸ਼ਾ ਕੁਛ ਸੀਗੀ, ਕੁਛ ਪਤਾ ਲੱਗਿਆ ਉਹ ਹਜੇ ਤੱਕ? ਦੇਖੋ ਹਲੇ ਪਹਿਲਾਂ ਵੀ ਪਤਾ ਲੱਗਿਆ ਇਹਦੇ 'ਤੇ, ਉਹ ਇੱਕ ਦੋ ਕੇਸ ਹੈਗੇ ਇਹਦੇ 'ਤੇ,
ਤੇ ਥੋੜਾ ਜਿਹਾ ਇਸ ਤਰ੍ਹਾਂ ਦਾ ਮਤਲਬ ਵਾਰਾ ਅਟੈਕ ਕਹਿ ਲਓ ਤੁਸੀਂ, ਹਾਂ ਥੋੜਾ ਜਿਹਾ ਇਨਡਿਸਿਪਲਿਨ ਟਾਈਪ ਬੰਦਾ ਹੈਗਾ ਤੇ ਵੈਰੀਫਿਕੇਸ਼ਨ ਕਰ ਰਹੇ ਹਾਂ, ਬਾਕੀ ਪੂਰੀ ਜਿਹੜੀ ਹੈ ਤਫਤੀਸ਼ ਜਦੋਂ ਕਰ ਲਾਂਗੇ ਪੂਰੀ ਉਦੋਂ ਬਾਅਦ ਹੀ ਪਤਾ ਚੱਲੇਗਾ। 15 ਅਗਸਤ ਦਾ ਟਾਈਮ ਹੈ, ਰਾਤ ਨੂੰ ਲੈ ਕੇ ਜਾਂ ਨਾਈਟ ਪੈਟਰੋਲਿੰਗ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਸਰਚ ਆਪਰੇਸ਼ਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਦੇ ਜਿਹੜੇ ਬੈਡ ਆਂਸਰ ਹੈ ਉਹਨਾਂ ਨੂੰ ਕਿਸ ਤਰ੍ਹਾਂ? ਦੇਖੋ ਸਾਡੇ SSP ਸਾਹਿਬ ਵੱਲੋਂ, ਸੀਨੀਅਰ ਅਫਸਰਾਂ ਵੱਲੋਂ ਜਿਹੜੇ ਨਾ ਕਾਸਾ ਆਪਰੇਸ਼ਨ ਚੱਲ ਰਹੇ ਆ, ਕਲੋਨੀਆਂ ਦੇ ਵਿੱਚ ਵੀ ਚੱਲ ਰਹੇ ਆ, ਨਾਈਟ ਦੇ ਵਿੱਚ ਵੀ ਸਾਡੀਆਂ SHO ਸਹਿਮਾਨ ਵਾਰੀ ਵਾਰੀ ਟਰਨ ਬਾਈ ਟਰਨ ਇੰਸਪੈਕਟਰ, DSP ਤੇ ਚੌਕੀ ਇੰਚਾਰਜ ਵੀ ਪੈਟਰੋਲਿੰਗ ਤੇ ਆ, ਨਾਕੇ ਵੀ ਲਾਏ ਹੋਏ ਆ 10 ਤੋਂ 5 ਵਜੇ ਤੱਕ। ਮਤਲਬ ਪੁਲਿਸ ਪੂਰੀ ਮੁਸਤੈਦ ਹੈ, PCR ਮੁਸਤੈਦ ਹੈ, ਜਦੋਂ ਵੀ ਕੋਈ ਇੱਦਾਂ ਦੀ ਇਨਫੋਰਮੇਸ਼ਨ ਆਉਂਦੀ ਹੈ ਇਮੀਡੀਏਟ ਉਹਨੂੰ ਕਾਬੂ ਕਰਕੇ ਵੈਰੀਫਿਕੇਸ਼ਨ ਕਰਦੇ ਹਾਂ। ਇਹ ਵੀ ਇੱਕ ਪੁਲਿਸ ਜਿਹੜੀ ਅਲਰਟਨੈਸ ਦਾ ਹੀ ਕਾਰਨ ਹੈ ਕਿ ਉਹਨੂੰ ਇਮੀਡੀਏਟਲੀ ਕਾਬੂ ਕੀਤਾ ਤੇ FIR ਦਰਜ ਕਰਕੇ ਉਹਨੂੰ ਅਰੈਸਟ ਕੀਤਾ।